ਕਿਸਾਨਾਂ ਦੁਆਰਾ ਗਣਤੰਤਰ ਦਿਵਸ ਤੇ ਕੀਤੀ ਜਾਣ ਵਾਲੀ ਪਰੇਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ। ਇਹ ਹਦਾਇਤਾਂ ਇਸ ਪ੍ਰਕਾਰ ਹਨ, ਪਰੇਡ ਵਿੱਚ ਟਰੈਕਟਰ ਤੇ ਦੂਸਰੀ ਗੱਡੀ ਚੱਲੇਗੀ ਲੇਕਿਨ ਟਰਾਲੀ ਨਹੀਂ ਜਾਵੇਗੀ। ਜਿਨ੍ਹਾਂ ਟਰਾਲੀਆਂ ਦੇ ਵਿੱਚ ਵਿਸ਼ੇਸ਼ ਝਾਂਕੀ ਬਣੇਗੀ ਉਹਨਾਂ ਨੂੰ ਛੋਟ ਦਿੱਤੀ ਜਾਵੇਗੀ ਅਤੇ ਪਿੱਛੇ ਤੋਂ ਟਰਾਲੀ ਦੀ ਸੁਰੱਖਿਆ ਦਾ ਇੰਤਜ਼ਾਮ ਕਰਕੇ ਜਾਇਆ ਜਾਵੇ। ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਪੈਕ ਕਰਕੇ ਲਿਆਂਦਾ ਜਾਵੇ। ਜਾਮ ਦੇ ਵਿੱਚ ਫਸਣ ਦੇ ਕਾਰਨ ਠੰਡ ਤੋਂ ਬਚਾਅ ਦੇ ਲਈ ਵੀ ਇੰਤਜ਼ਾਮ ਹੋਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ਹੈ ਕਿ ਹਰ ਟਰੈਕਟਰ ਜਾਂ ਗੱਡੀ ਦੇ ਉੱਪਰ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਵੇ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਝੰਡਾ ਨਾ ਲਗਾਇਆ ਜਾਵੇ। ਕਿਸੇ ਵੀ ਤਰ੍ਹਾਂ ਦਾ ਹਥਿਆਰ ਨਾ ਰੱਖਿਆ ਜਾਵੇ। ਕਿਸੇ ਵੀ ਭੜਕਾਊ ਜਾਂ ਨੈਗੇਟਿਵ ਨਾਰੇ ਵਾਲੇ ਬੈਨਰ ਨਾ ਲਗਾਏ ਜਾਣ। ਪਰੇਡ ਵਿੱਚ ਸ਼ਾਮਲ ਹੋਣ ਦੀ ਸੂਚਨਾ ਦੇਣ ਦੇ ਲਈ ਇਸ ਨੰਬਰ 'ਤੇ ਮਿਸ ਕਾਲ ਦਿਓ ਜੋ ਇਸ ਪ੍ਰਕਾਰ ਹੈ 8448385556। ਪਰੇਡ ਦੀ ਸ਼ੁਰੂਆਤ ਕਿਸਾਨ ਨੇਤਾਵਾਂ ਦੀ ਗੱਡੀਆਂ ਦੇ ਨਾਲ ਹੋਵੇਗੀ। ਉਹਨਾਂ ਤੋਂ ਪਹਿਲਾਂ ਕੋਈ ਵੀ ਟਰੈਕਟਰ ਜਾਂ ਗੱਡੀ ਰਵਾਨਾ ਨਹੀਂ ਹੋਵੇਗੀ। ਹਰੇ ਰੰਗ ਦੀ ਜਾਕਟ ਪਾ ਕੇ ਟ੍ਰੈਫਿਕ ਵਾਲੰਟੀਅਰ ਦੀ ਹਰ ਹਦਾਇਤ ਨੂੰ ਮੰਨਿਆ ਜਾਵੇ। ਪਰੇਡ ਦਾ ਰੂਟ ਤੈਅ ਹੋ ਚੁੱਕਿਆ ਹੈ ਅਤੇ ਉਸਦੇ ਨਿਸ਼ਾਨ ਲੱਗੇ ਹੋਏ ਨੇ। ਪੁਲਿਸ ਅਤੇ ਟ੍ਰੈਫਿਕ ਵਾਲੰਟੀਅਰ ਸਭ ਨੂੰ ਗਾਈਡ ਕਰਨਗੇ। ਜੋ ਗੱਡੀ ਰੂਟ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇਗੀ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਦਾ ਫੈਸਲਾ ਕਿ ਜੇਕਰ ਕੋਈ ਗੱਡੀ ਸੜਕ ਦੇ ਰੋਕਣ ਰਸਤੇ ਦੇ ਵਿੱਚ ਡੇਰਾ ਜਮਾਉਣ ਦੀ ਕੋਸ਼ਿਸ਼ ਕਰੇਗੀ ਤਾਂ ਉਹਨਾਂ ਦੇ ਵਾਲੰਟੀਅਰ ਉਹਨਾਂ ਨੂੰ ਡਾਂਟਣਗੇ। ਸਭ ਗੱਡੀਆਂ ਪਰੇਡ ਪੂਰੀ ਕਰਕੇ ਉੱਥੇ ਹੀ ਵਾਪਸ ਪਹੁੰਚਣਗੇ ਜਿੱਥੋਂ ਸ਼ੁਰੂ ਹੋਈਆਂ ਸੀ। ਇੱਕ ਟਰੈਕਟਰ ਤੇ ਜ਼ਿਆਦਾ ਤੋਂ ਜ਼ਿਆਦਾ ਡਰਾਈਵਰ ਦੇ ਸਮੇਤ 5 ਲੋਕ ਸਵਾਰ ਹੋ ਸਕਦੇ ਨੇ। ਬੋਨਟ, ਬੰਪਰ ਜਾਂ ਛੱਤ ਤੇ ਕੋਈ ਵੀ ਨਹੀਂ ਬੈਠੇਗਾ। ਸਭ ਟਰੈਕਟਰ ਆਪਣੀ ਲਾਈਨ ਦੇ ਵਿੱਚ ਚੱਲਣਗੇ, ਕੋਈ ਰੇਸ਼ ਨਹੀਂ ਲਗਾਏਗਾ। ਪਰੇਡ ਦੇ ਵਿੱਚ ਕਿਸਾਨ ਨੇਤਾਵਾਂ ਦੀਆਂ ਗੱਡੀਆਂ ਤੋਂ ਅੱਗੇ ਜਾਣ ਦੀ ਜਾਂ ਉਹਨਾਂ ਦੇ ਨਾਲ ਆਪਣੀ ਗੱਡੀ ਲਗਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਟਰੈਕਟਰ ਦੇ ਉੱਤੇ ਆਪਣੀ ਆਡੀਓ ਜਾਂ ਕੋਈ ਡੈਕ ਨਾ ਲਗਾਇਆ ਜਾਵੇ ਕਿਉਂਕਿ ਇਸ ਨਾਲ ਬਾਕੀ ਲੋਕਾਂ ਨੂੰ ਹਦਾਇਤਾਂ ਸੁਣਨ ਦੇ ਵਿੱਚ ਦਿੱਕਤ ਹੋਵੇਗੀ। ਪਰੇਡ ਵਿੱਚ ਕਿਸੇ ਵੀ ਕਿਸਮ ਦੇ ਨਸ਼ੇ ਦੀ ਮਨਾਹੀ ਰਹੇਗੀ। ਜੇਕਰ ਤੁਹਾਨੂੰ ਕੋਈ ਨਸ਼ਾ ਕਰਦੇ ਹੋਏ ਡਰਾਈਵ ਕਰਦੇ ਦਿਖਾਈ ਦੇਵੇ ਤਾਂ ਉਸਦੀ ਸੂਚਨਾ ਨਜ਼ਦੀਕ ਦੇ ਟ੍ਰੈਫਿਕ ਵਾਰੰਟੀ ਨੂੰ ਦਿੱਤੀ ਜਾਵੇ। ਯਾਦ ਰੱਖਿਆ ਜਾਵੇ ਕਿ ਗਣਤੰਤਰ ਦਿਵਸ ਦੀ ਸ਼ੋਭਾ ਵਧਾਉਣੀ ਹੈ, ਪਬਲਿਕ ਦਾ ਦਿਲ ਜਿੱਤਣਾ ਅਤੇ ਔਰਤਾਂ ਦੇ ਨਾਲ ਇੱਜ਼ਤ ਦੇ ਨਾਲ ਪੇਸ਼ ਆਇਆ ਜਾਵੇ। ਪੁਲਿਸ ਦਾ ਸਿਪਾਹੀ ਵੀ ਯੂਨੀਫਾਰਮ ਦੇ ਵਿੱਚ ਕਿਸਾਨ ਅਤੇ ਉਸਦੇ ਨਾਲ ਕੋਈ ਵੀ ਝਗੜਾ ਨਹੀਂ ਕਰਨਾ। ਮੀਡੀਆ ਵਾਲੇ ਚਾਹੇ ਉਹ ਕਿਸੇ ਵੀ ਚੈਨਲ ਦੇ ਹੋਣ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਬਦਤਮੀਜ਼ੀ ਨਾ ਕੀਤੀ ਜਾਵੇ। ਕਚਰਾ ਸੜਕ ਤੇ ਨਾ ਸਿੱਟਿਆ ਜਾਵੇ, ਆਪਣੇ ਨਾਲ ਕਚਰੇ ਦੇ ਲਈ ਇੱਕ ਬੈਗ ਰੱਖਿਆ ਜਾਵੇ। ਇਸ ਦੇ ਨਾਲ ਹੀ ਐਮਰਜੈਂਸੀ ਲਈ ਵੀ ਵੱਖਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਹਰ ਕਿਸਮ ਦੀ ਐਮਰਜੈਂਸੀ ਦਾ ਇੰਤਜ਼ਾਮ ਕੀਤਾ ਹੈ। ਇਸ ਦੇ ਲਈ ਦਿੱਕਤ ਹੋਣ ਤੇ ਘਬਰਾਇਆ ਨਾ ਜਾਵੇ ਅਤੇ ਅੱਗੇ ਦੱਸੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਕਿਸੇ ਵੀ ਅਫਵਾਹ ਤੇ ਧਿਆਨ ਨਾ ਦਿੱਤਾ ਜਾਵੇ। ਜੇਕਰ ਕੋਈ ਗੱਲ ਚੈੱਕ ਕਰਨੀ ਹੋਵੇ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਫੇਸਬੁੱਕ ਤੇ ਜਾ ਕੇ ਸੱਚਾਈ ਦੀ ਜਾਂਚ ਕੀਤੀ ਜਾਵੇ। ਪਰੇਡ ਦੇ ਵਿੱਚ ਐਂਬੂਲੈਂਸ ਰਹੇਗੀ ਅਤੇ ਹਸਪਤਾਲਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਕੋਈ ਮੈਡੀਕਲ ਐਮਰਜੈਂਸੀ ਹੋਵੇ ਤਾਂ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਨਜ਼ਦੀਕੀ ਵਾਰੰਟੀ ਨੂੰ ਦੱਸਿਆ ਜਾਵੇ। ਟਰੈਕਟਰ ਜਾਂ ਗੱਡੀ ਖਰਾਬ ਹੋਣ ਦੀ ਸਥਿਤੀ ਦੇ ਵਿੱਚ ਉਸ ਨੂੰ ਬਿਲਕੁਲ ਸਾਈਡ ਤੇ ਲਗਾ ਕੇ ਵਾਰੰਟੀ ਨਾਲ ਸੰਪਰਕ ਕਰਕੇ ਹੈਲਪਲਾਈਨ ਕਾਲ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਦਾ ਹੈਲਪਲਾਈਨ ਨੰਬਰ ਇਸ ਪਰੇਡ ਦੇ ਲਈ 24 ਘੰਟੇ ਖੁੱਲ੍ਹਾ ਰਹੇਗਾ। ਜੇਕਰ ਕੋਈ ਵਾਰਦਾਤ ਹੋ ਜਾਵੇ ਤਾਂ ਉਸ ਦੀ ਖਬਰ ਪੁਲਿਸ ਕੰਟਰੋਲ ਰੂਮ ਦੇ ਵਿੱਚ 112 ਨੰਬਰ 'ਤੇ ਦੇ ਸਕਦੇ ਹੋ।